ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਨੂੰ ਬਚਾਉਣ ਦੀ ਖਾਤਰ ਪਰਲੀ ਸਾਈਡ ਤੋਂ ਕੀਤਾ ਤੇ ਪਿੱਛੇ ਉਹ ਆ ਗੱਡੀ ਵੱਜ ਗਈ। ਤਾਂ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ ਭਾਵੇਂ ਮੈਂ ਵੇਖ ਕੇ ਤੇ ਫਿਰ ਕੋਈ ਗੱਲ ਕਰਾਂਗੀ ਇਹਨਾਂ ਨਾਲ। ਅੰਮ੍ਰਿਤਸਰ ਦੇ ਐਲੀਵੇਟਡ ਰੋਡ ਦੇ ਤੰਦੂਰਾ ਵਾਲਾ ਚੌਂਕ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਤੰਦੂਰਾ ਵਾਲੇ ਚੌਂਕ ਤੋਂ ਐਲੀਵੇਟਡ ਰੋਡ 'ਤੇ ਜਾ ਰਹੀ ਤੇਜ਼ ਰਫ਼ਤਾਰ ਗੱਡੀ ਨੇ ਬੁਲਟ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ 'ਤੇ ਹਸਪਤਾਲ ਉਹਨਾਂ ਨੂੰ ਪਹੁੰਚਾਇਆ ਗਿਆ। ਇਸ ਮਾਮਲੇ 'ਤੇ ਗੱਲ ਕਰਦਿਆਂ ਇੱਕ ਮੌਕੇ 'ਤੇ ਮੌਜੂਦ ਨੌਜਵਾਨ ਨੇ ਦੱਸਿਆ ਕਿ ਐਲੀਵੇਟਡ ਰੋਡ 'ਤੇ ਇੱਕ ਤੇਜ਼ ਰਫ਼ਤਾਰ ਗੱਡੀ ਆ ਰਹੀ ਸੀ ਜਿਸ ਨੇ ਬੁਲਟ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਜ਼ਖਮੀ ਵਿਅਕਤੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਸੰਬੰਧ ਵਿੱਚ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਦੁਰਘਟਨਾ ਦੇ ਬਾਰੇ 'ਚ ਜਾਣਕਾਰੀ ਮਿਲੀ ਸੀ, ਸੋ ਇਸ ਦੇ ਨਾਲ ਹੀ ਮਾਮਲੇ ਦੀ ਜਾਂਚ ਹੈ ਜੋ ਗਹਿਰਾਈ ਨਾਲ ਕੀਤੀ ਜਾ ਰਹੀ ਹੈ। ਭਾਈ ਦੀ ਗੱਡੀ ਵੀ ਨਹੀਂ ਕੰਟਰੋਲ ਹੋਈ, ਵੀਰ ਨੇ ਮੋਟਰਸਾਈਕਲ ਆਪਣਾ ਇੱਕਦਮ ਉਹਨਾਂ ਗੱਡੀਆਂ ਤੋਂ ਬਚਾਉਣ ਦੀ ਖਾਤਰ ਪਰਲੀ ਸਾਈਡ ਨੂੰ ਕੀਤਾ ਤੇ ਪਿੱਛੋਂ ਆਹ ਗੱਡੀ ਵੱਜ ਗਈ। ਜਿਹੜੇ ਬੰਦੇ ਦਾ ਮੋਟਰਸਾਈਕਲ ਤੇ ਜਿਹੜਾ ਬੰਦਾ ਹੈਗਾ ਉਹਦੀ ਹਾਲਤ ਕਿਦਾਂ? ਉਹਦੀ ਹਾਲਤ ਭਾਜੀ ਮਸੂਮ ਆ, ਸੱਟਾਂ ਉਹਦੇ ਲੱਗੀਆਂ ਵਾ, ਠੀਕ ਜੇ, ਬੇਹੋਸ਼ ਆ ਪਰ ਉਹਦੇ ਸਾਹ ਚੱਲਦੇ ਪਏ ਆ, ਤੇ ਜਿਹੜੀ ਉਹਨਾਂ ਨਾਲ ਲੇਡੀ ਸੀ ਉਹ ਥੋੜਾ ਠੀਕ ਆ, ਬੋਲ ਚਾਲਦੇ ਆ, ਲੱਤ 'ਤੇ ਚੋਟ ਆ ਉਹਨਾਂ ਦੇ, ਪਰ ਜਿਹੜੇ ਘਰ ਵਾਲੇ ਆ ਜਿਨ੍ਹਾਂ ਕੋਲ ਗੱਡੀ ਵੱਜੀ ਆ ਉਹ ਕਹਿ ਰਹੇ ਆ ਕਿ ਅਸੀਂ ਇਲਾਜ ਕਰਾਵਾਂਗੇ। ਬਾਕੀ ਪੁਲਿਸ ਆਈ ਮੌਕੇ 'ਤੇ? ਮੌਕੇ 'ਤੇ ਪੁਲਿਸ ਆਈ ਆ ਜੀ। ਮੇਰਾ ਨਾਮ ਬਲਵੀਰ ਕੌਰ। ਹਾਂਜੀ, ਕੀ ਹੋਇਆ? ਕੀ ਤੁਹਾਡੇ ਮੁੰਡੇ ਨਾਲ? ਅਸੀਂ ਬਸ ਹਸਪਤਾਲ ਗਿਆ ਸੀ ਪਤਾ ਲੈਣ ਆਪਣੀ ਸਾਲੀ ਦਾ, ਤੇ ਬਸ ਆਉਂਦੇ ਸ਼ਾਮ ਦਾ ਗਿਆ ਬਸ, ਹੁਣ ਆਉਣ ਡਿਆ ਸੀ ਤੇ ਮੈਨੂੰ ਘਰੋਂ ਫੋਨ ਆਇਆ ਮੁਹੱਲੇ ਦੇ ਵਿੱਚੋਂ ਹੀ ਵੀ ਤੁਹਾਡਾ ਮੁੰਡਾ ਵੱਜ ਗਿਆ ਆ। ਤੇ ਹੁਣ ਮੈਨੂੰ ਇਹ ਨਹੀਂ ਪਤਾ ਕਿਸ ਹਾਲਤ ਵਿੱਚ, ਬਸ ਮੈਂ ਵੇਖ ਕੇ ਤੇ ਫਿਰ ਕੋਈ ਗੱਲ ਕਰਾਂਗੀ ਇਹਨਾਂ ਨਾਲ। ਇਹ ਰਾਮਤਲਾਈ ਪੁਲ ਦੇ ਉੱਤੇ ਵੀ ਜਗ੍ਹਾ ਦਾ ਨਹੀਂ, ਹੋਸਪਿਟਲ ਦਾ ਮੈਨੂੰ ਪਤਾ ਵਾ, ਕਚਹਿਰੀ ਵੱਲ ਹੈਗਾ ਸੀ। ਹਾਂਜੀ, ਜੋਗਾ ਸਿੰਘ ਉਹਦਾ ਨਾਂ ਆ। ਅਸੀਂ ਹੈਗੇ ਹਾਂ ਆਪਣਾ ਨਿਊ ਜਨਤਾ ਕਲੋਨੀ ਦੇ ਸੁਲਤਾਨ ਪਿੰਡ ਦੇ। ਹਾਂਜੀ ਹਾਂਜੀ ਸਰ, ਜਿਹੜਾ ਰੋਡ ਦੇ ਉੱਤੇ ਐਕਸੀਡੈਂਟ ਹੋਇਆ, ਕੀ ਹੋਇਆ? ਕੀ ਇੱਥੇ ਇੱਕ ਟੋਇਟਾ ਵਾਲਿਆਂ ਗੱਡੀ ਆ ਗਲੈਂਜਾ, ਜਿਹਦਾ ਨੰਬਰ ਆ PB02EK9400। ਇਹ ਹਾਈਵੇ ਰੋਡ 'ਤੇ ਜਾ ਰਹੇ ਸੀਗੇ, ਅੱਗੇ ਦੱਸ ਰਿਹਾ ਕਿ ਕਾਫੀ ਗੱਡੀਆਂ 3 ਜਣੀਆਂ ਹੋਰ ਵੀ ਆ ਰਹੀਆਂ ਸੀ ਜੋ ਉਹ ਵੀ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ, ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋ ਗਿਆ। 2 ਬੰਦੇ ਜ਼ਖਮੀ ਹੋ ਗਏ ਆ, ਉਹਨਾਂ ਨੂੰ ਗੁਰੂ ਨਾਨਕ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਵਾ। ਬਾਕੀ ਅਸੀਂ ਡਿਊਟੀ ਅਫਸਰ ਨੂੰ, SHO ਸਾਹਿਬ ਨੂੰ ਇਨਫੋਰਮੇਸ਼ਨ ਦੇ ਦਿੱਤੀ ਆ ਜਿਹੜੇ ਬੰਦੇ। ਹਾਂਜੀ, ਗਲਤੀ ਕਹਿ ਰਹੇ ਵੀ ਜਿਹੜੇ ਅਗਲੇ ਗੱਡੀਆਂ ਜਾ ਰਹੇ ਸੀ ਉਹ ਗਲਤ ਤਰੀਕੇ ਨਾਲ ਚਲਾ ਰਹੇ ਸੀਗੇ। ਜਿਹੜਾ ਆਹ ਜਿਹੜੀ ਆ ਗੱਡੀ ਆ ਗਲੈਂਜਾ, ਜਿਹਦਾ ਨੰਬਰ ਆ PB02EK9400, ਇਹ ਗੱਡੀ ਚਲਾ ਰਿਹਾ ਸੀ ਮੁੰਡਾ ਹਰਕ੍ਰੀਤ, ਸਨ ਆਫ ਗੁਰਿੰਦਰ ਸਿੰਘ। ਇਹ ਸਾਡੇ ਕੋਲ ਹੀ ਖੜ੍ਹੇ ਆ, ਇਹਨਾਂ ਨੇ ਦੱਸ ਰਿਹਾ ਕਿ ਬੜੇ ਭਲਾਈ ਦਾ ਕੰਮ ਕੀਤਾ, ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹਨਾਂ ਨੂੰ ਸਗੋਂ ਖੁਦ ਪਾਣੀ ਪਿਲਾਇਆ ਅਤੇ ਨਾਲ ਲੈ ਕੇ ਜਾ ਕੇ ਅਤੇ ਉਹਨੂੰ ਗੁਰੂ ਨਾਨਕ ਹਸਪਤਾਲ ਪਹੁੰਚਾ ਦਿੱਤਾ ਵਾ। ਫਿਰ ਵੀ ਅਸੀਂ ਦੇਖਭਾਲ ਕਰਾਂਗੇ, ਜਿਹੜਾ ਬੰਦਾ ਦੋਸ਼ੀ ਪਾਇਆ ਜਾਵੇਗਾ ਜਿਹਦੀ ਕਾਨੂੰਨੀ ਕਾਰਵਾਈ ਬਣਦੀ, ਜਿਹਦੇ ਖਿਲਾਫ਼ ਕੀਤੀ ਜਾਵੇਗੀ।